ਤਾਂ ਤੇਲ ਕੰਪਨੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਅਸਮਾਨ ਨੂੰ ਛੋ ਰਹੀਆਂ ਨੇ ਅੱਗ ਦੀਆਂ ਲਪਟਾਂ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਪੂਰੀ ਫੈਕਟਰੀ ਜਿਹੜੀ ਟੀਨ ਦੇ ਨਾਲ ਕਾਰਖਾਨਾ ਬਣਿਆ ਹੋਇਆ ਸੀ ਉਹ ਟੁੱਟ ਕੇ ਤਬਾਹ ਹੋ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ ਤਾਂ ਭਿਆਨਕ ਅੱਗ ਲੱਗੀ ਹੈ ਤੇਲ ਕੰਪਨੀ ਦੇ ਵਿੱਚ। ਫੈਕਟਰੀ ਨੂੰ ਪੂਰੀ ਤਰੀਕੇ ਦੇ ਨਾਲ ਖਾਲੀ ਕਰਵਾਉਣਾ ਪਿਆ ਹੈ। ਕਰਮਚਾਰੀਆਂ ਨੇ ਆਪਣੀ ਜਾਨ ਭੱਜ ਕੇ ਬਚਾਈ ਹੈ। ਪੂਰੇ ਪਲਾਟ ਦੇ ਵਿੱਚ ਅੱਗ ਫੈਲ ਗਈ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਕਾਫੀ ਪਹੁੰਚੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਖੰਨੇ ਦੇ ਅਮਲੋਰ ਰੋਡ ਤੋਂ ਦਿਖਾ ਰਹੇ ਹਾਂ, ਜਿੱਥੇ ਸ਼੍ਰੀ ਗਣੇਸ਼ ਐਡੀਬਲਸ ਪ੍ਰਾਈਵੇਟ ਲਿਮਿਟਡ ਦੇ ਵਿੱਚ ਭੀਸ਼ਣ ਅੱਗ ਲੱਗ ਗਈ ਹੈ, ਭਿਆਨਕ ਅੱਗ ਲੱਗ ਗਈ ਹੈ। ਅੱਗ ਇੰਨੀ ਭਿਅੰਕਰ ਹੈ ਕਿ ਦੇਖਦੇ ਦੇਖਦੇ ਪੂਰੀ ਫੈਕਟਰੀ ਨੂੰ ਖਾਲੀ ਕਰਵਾਉਣਾ ਪਿਆ ਹੈ। ਪੂਰੀ ਫੈਕਟਰੀ ਦੇ ਵਿੱਚ ਅੱਗ ਫੈਲ ਗਈ ਹੈ ਕਿਉਂਕਿ ਤੇਲ ਕੰਪਨੀ ਹੈ ਤਾਂ ਤੇਲ ਜਲਦੀ ਅੱਗ ਫੜ ਰਿਹਾ ਹੈ। ਤੇਜ਼ੀ ਦੇ ਨਾਲ ਅੱਗ ਫੈਲਦੀ ਹੋਈ ਦਿਖਾਈ ਦੇ ਰਹੀ ਹੈ। ਇਲਾਕਾ ਖਾਲੀ ਕਰਵਾ ਲਿਆ ਗਿਆ ਹੈ। ਤਾਂ ਦੱਸ ਦਈਏ ਕਿ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਫਾਇਰ ਸਟੇਸ਼ਨਾਂ ਤੋਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਨੇ। ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਗ ਨੂੰ ਫੈਲਣ ਤੋਂ ਰੋਕਿਆ ਜਾ ਰਿਹਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਖੰਨਾ ਦੀ ਤੇਲ ਕੰਪਨੀ ਦੀਆਂ, ਜਿੱਥੇ ਭਿਆਨਕ ਅੱਗ ਲੱਗ ਗਈ ਆ। ਸਮਾਨ ਨੂੰ ਛੋ ਰਹੀਆਂ ਨੇ ਲਪਟਾਂ, ਕਾਫੀ ਨੁਕਸਾਨ ਹੋ ਗਿਆ ਹੈ। ਟੀਨਾ ਦੇਖ ਸਕਦੇ ਹੋ, ਜਿਹੜਾ ਕਾਰਖਾਨਾ ਬਣਾਇਆ ਹੋਇਆ ਸੀ ਉਹ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਿਆ ਹੈ। ਲੋਕ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾ ਰਹੇ ਨੇ। ਤਾਂ ਦੇਖੋ ਇਹ ਤਸਵੀਰਾਂ ਜੋ ਖੰਨਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਤੇਲ ਕੰਪਨੀ ਦੇ ਵਿੱਚ, ਆਇਲ ਕੰਪਨੀ ਦੇ ਵਿੱਚ ਅੱਗ ਲੱਗ ਗਈ ਹੈ ਭਿਆਨਕ। ਇਹ ਸ਼੍ਰੀ ਗਣੇਸ਼ ਵੈਲ ਲਿਮਟਡ ਹੈ ਜੀ। ਇਹ ਹਜੇ ਕੁਛ ਨਹੀਂ ਪਤਾ ਜੀ, ਇਹਨਾਂ ਦਾ ਤੇਲ ਤੂਲ ਦਾ ਹੈਗਾ ਅੰਦਰ ਦਾ, ਦੱਸ ਰਹੇ ਨੇ ਵੀ ਬਿਜਲੀ ਦਾ ਹੋਊਗਾ ਗਰਿੱਡ ਵਗੈਰਾ। ਹਾਂਜੀ ਵੀ ਬਿਜਲੀ ਦਾ ਹੋਊਗਾ ਜੀ। ਹਾਂਜੀ ਗੱਡੀਆਂ ਸਾਡੀਆਂ 4-5 ਆ ਚੁੱਕੀਆਂ ਜੀ ਇਸ ਟਾਈਮ, ਬਾਕੀ ਆ ਰਹੀ ਹੈ। ਮਗਰ ਪੋਜੀਸ਼ਨ ਅਜੇ ਤਾਂ ਕੰਟਰੋਲ ਚੱਲ ਰਿਹਾ ਜੀ, ਅਜੇ ਤਾਂ ਹਜੇ ਕੋਈ ਉਹ ਨਹੀਂ ਹੋਇਆ ਜੀ। ਹਾਂਜੀ ਸਰ।